ਸੈਨੇਟ ਆਖਰ ਹੈ ਕਿ ਆ ਸੈਨੇਟ ਨੂੰ ਦਵਾਇਆ ਕਿਉਂ ਜਾ ਰਿਹਾ ਦੇਖੋ ਸੈਨੇਟ ਤਾਂ ਜਿਹੜਾ ਹੈਗਾ ਫੈਡਰਲ ਢਾਂਚਾ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਹੈਗੀ ਆ ਪਹਿਲਾਂ ਲਾਹੌਰ ਤੋਂ ਚੱਲੀ ਸੀ ਲਾਹੌਰ ਤੋਂ ਬਾਅਦ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਇਹਦਾ ਪੰਜਾਬ ਵਿੱਚ ਜਿਹੜੀ ਇਹਦੀ ਪੰਜਾਬ ਯੂਨੀਵਰਸਿਟੀ ਪੰਜਾਬ ਵਿੱਚ ਬਣ ਕੇ ਇਹ ਵੀ ਸੰਗੀ ਢਾਂਚੇ ਨੂੰ ਦਬਾਉਣ ਲਈ ਜੋ ਵੀ ਆ ਹੁਣ ਜਿਹੜੀਆਂ ਕਰਤੂਤਾਂ ਕਹਿ ਸਕਦਾ ਜਿਹੜੀਆਂ ਚਾਲਾਂ ਕਹਿ ਸਕਦਾ ਜਿਹੜੀ ਜਿਹੜੀ ਮੌਜੂਦਾ ਹਿੰਦੁਸਤਾਨ ਦੀ ਆਰਐਸਐਸ ਤੇ ਬੀਜੇਪੀ ਸਰਕਾਰ ਕਰ ਰਹੀ ਹੈ ਉਹ ਵਾਰ-ਵਾਰ ਸੈਨੇਟ ਚ ਉਹਨਾਂ ਨੂੰ ਅੱਗੇ ਪਾ ਕੇ ਬਿਲਕੁਲ ਜਿਹੜਾ ਹੈਗਾ ਇਹ ਤਾਂ ਆਪਣੇ ਆਪ ਨਾਮਿਨੇਟ ਕਰਨਾ ਚਾਹੁੰਦੀ ਹੈ ਮੈਂਬਰ ਵੀ ਜਿਹੜੀਆਂ ਹੈਗੀਆਂ ਚੋਣਾਂ ਰਹੀ ਸੈਨੇਟ ਮੈਂਬਰ ਨਾ ਉਹ ਕੇਂਦਰ ਦੀ ਸਰਕਾਰ ਜੋ ਵੀ ਹੈਗੀ ਆ ਉਹਦੇ ਇਸ਼ਾਰਿਆਂ ਤੇ ਇਹ ਖਤਮ ਕਰਨਾ ਚਾਹੁੰਦੀ ਹੈ ਵੀ ਤਾਂ ਕਿ ਸਾਰਾ ਮਨੋਪਲੀ ਹੋ ਜੇ ਕੰਟਰੋਲ ਹੋ ਜੇ ਯੂਨੀਵਰਸਿਟੀ ਦੇ ਵਿੱਚ ਇਹ ਲੜਾਈ ਬੱਚਿਆਂ ਦੇ ਭਵਿੱਖ ਦੇ ਨਾਲ ਨਾਲ ਪੰਜਾਬ ਦੀ ਹੋਣੀ ਦੀ ਵੀ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਇਸਤੇ ਕੋਈ ਬਿਆਨ ਜਾਂ ਕੋਈ ਵੀ ਆ ਕੇ ਸਾਨੂੰ ਵਿਸ਼ਵਾਸ ਨਹੀਂ ਦਿੰਦਾ ਤੇ ਬਹੁਤ ਮੰਦਪਾਏ ਘਟਨਾ ਹੈ ਉਹਨਾਂ ਨੂੰ ਵੀ ਪੰਜਾਬ ਦੀ ਯੂਨੀਵਰਸਿਟੀ ਦੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਸਾਡੇ ਨਾਲ ਆਉਣਾ ਚਾਹੀਦਾ ਪਟਿਆਲੇ ਦੇ ਵਿੱਚ ਵੀ ਇੱਕ ਪੰਜਾਬੀ ਦੇ ਆਧਾਰ ਤੇ ਯੂਨੀਵਰਸਿਟੀ ਬਣੀ ਆ ਉਹ ਵੀ ਬੜੀ ਘਾਟੇ 'ਚ ਚੱਲ ਰਹੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਜੋ ਹੁਣ ਮੈਨੂੰ ਸੁਣਨ ਚ ਆ ਰਿਹਾ ਸੀ ਲਗਭਗ 46 ਕਰੋੜ ਦਾ ਉਹਦੇ ਤੇ ਕਰਜ਼ਾ ਲਿਆ ਸੀਗਾ ਤੇ 100 ਕਰੋੜ ਤੋਂ ਉੱਪਰ ਦਾ ਉਹ ਟੱਪ ਚੁੱਕਿਆ ਜੋ ਮੈਨੂੰ ਹੁਣ ਤੇ ਇਨਫੋਰਮੇਸ਼ਨਸ ਮਿਲ ਰਹੀਆਂ। ਅੱਧ ਵਿੱਚ ਉਹਨਾਂ ਨੇ ਇੱਕ ਸਪੋਰਟਸ ਯੂਨੀਵਰਸਿਟੀ ਬਣਾ ਦਿੱਤੀ। ਸਿਰਫ ਤੇ ਸਿਰਫ ਵੀ ਮੇਰੇ ਪਰਿਵਾਰ ਦੀ ਨਾਮ ਚਮਕਦਾ ਰਹੇ ਜਾਂ ਮੇਰੇ ਦਾਦਿਆਂ ਦਾ ਨਾਮ ਚਮਕਦਾ ਰਹੇ। ਮੈਨੂੰ ਲੱਗਦਾ ਸੀ ਵੀ ਉਹ ਆ ਨਾ ਕਰਕੇ ਜਿਹੜਾ 90 ਕਰੋੜ ਰੁਪਈਆ ਉਹ ਯੂਨੀਵਰਸਿਟੀ ਨੂੰ ਅਲੋਕੇਟ ਕੀਤਾ ਪਿੱਛੇ ਇੱਕ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਦਾ ਕਤਲ ਹੋ ਜਾਂਦਾ ਦਿਨ ਦਿਹਾੜੇ। ਮਿੱਡੂ ਖੇੜੇ ਦਾ ਪਿੱਕੀ ਦਾ। ਉਸ ਨੂੰ ਕਿਵੇਂ ਦੇਖਦੇ ਹੋ? ਉਹ ਜਿਹੜਾ ਕਤਲ ਹੋਇਆ ਉਹ ਸਾਡੇ ਇਲਾਕੇ ਤੋਂ ਬਿਲੋਂਗ ਕਰਦਾ ਤੇ ਬਹੁਤ ਮਨਤਪਾਗੀ ਘਟਨਾ ਹੈ ਵੀ ਇੱਕ ਸਾਡਾ ਨੌਜਵਾਨ ਆਗੂ ਜਿਹੜਾ ਹੈਗਾ ਚਾਹੇ ਉਹ ਕਿਸੇ ਵੀ ਪਾਰਟੀ ਤੋਂ ਸੰਬੰਧ ਰੱਖਦਾ ਹੋਵੇ ਚਾਹੇ ਉਹ ਸਾਡੇ ਉਹਦੇ ਨਾਲ ਸਿਆਸੀ ਵੱਖਰੇਵੇਂ ਹੋਣਗੇ ਪਰ ਉਹਦੀ ਘਟਨਾ ਜਿਹੜਾ ਕਤਲ ਹੋਣਾ ਬਹੁਤ ਮਨਤਪਾਗੀ ਘਟਨਾ ਸੀ ਸੈਨੇਟ ਚੁਣਾਂ ਦੀ ਗੱਲ ਕਰੀਏ ਤਾਂ ਸੈਨੇਟ ਚੁਣਾਂ ਨੂੰ ਲੈ ਕੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਸਟੂਡੈਂਟ ਨੇ ਉਹ ਵੀ ਯੂਨੀਵਰਸਿਟੀ ਆਉਣੇ ਸ਼ੁਰੂ ਹੋ ਗਏ ਨੇ ਸੋ ਸਾਡੇ ਨਾਲ ਇਸ ਵਕਤ ਐਡਵੋਕੇਟ ਇੰਦਰਜੀਤ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਆਖਰ ਸੈਨੇਟ ਹੈ ਕੀ ਆ ਆਖਰ ਸੈਨੇਟ ਨੂੰ ਦਵਾਇਆ ਕਿਉਂ ਜਾ ਰਿਹਾ ਇਹ ਇੱਕ ਬੜੇ ਵੱਡੇ ਸਵਾਲ ਨੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਗੱਲਬਾਤ ਕਰਦੇ ਆਂਗੇ ਪਹਿਲਾਂ ਸਵਾਗਤ ਕਰਦੇ ਆਂ ਬਾਈ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਸੈਨੇਟ ਆਖਰ ਹੈ ਕੀ ਆ ਸੈਨੇਟ ਨੂੰ ਦਵਾਇਆ ਕਿਉਂ ਜਾ ਰਿਹਾ ਦੇਖੋ ਸੈਨੇਟ ਦਾ ਜਿਹੜਾ ਹੈਗਾ ਫੈਡਰਲ ਟਾਂਚਾ ਤੁਹਾਨੂੰ ਪਤਾ ਹੈਗਾ ਹੋਣਾ ਚਾਹੀਦਾ ਹੈ ਵੀ ਜਿਹੜਾ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਹੈਗੀ ਹੈ ਪਹਿਲਾਂ ਲਾਹੌਰ ਤੋਂ ਚੱਲੀ ਸੀ ਲਾਹੌਰ ਤੋਂ ਬਾਅਦ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ ਇਹਦਾ ਪੰਜਾਬ ਵਿੱਚ ਜਿਹੜੀ ਇਹਦੀ ਪੰਜਾਬ ਯੂਨੀਵਰਸਿਟੀ ਪੰਜਾਬ ਵਿੱਚ ਬਣ ਗਈ ਬਣਨ ਤੋਂ ਬਾਅਦ ਹੁਣ ਜਿਵੇਂ ਕਹਿ ਦਈਏ ਵੀ ਸੰਗੀ ਢਾਂਚੇ ਨੂੰ ਦਬਾਉਣ ਲਈ ਜੋ ਵੀ ਆ ਹੁਣ ਜਿਹੜੀਆਂ ਕਰਤੂਤਾਂ ਕਹਿ ਸਕਦਾ ਜਿਹੜੀਆਂ ਚਾਲਾਂ ਕਹਿ ਸਕਦਾ ਜਿਹੜੀ ਜਿਹੜੀ ਮੌਜੂਦਾ ਹਿੰਦੁਸਤਾਨ ਦੀ ਆਰਐਸਐਸ ਤੇ ਬੀਜੇਪੀ ਸਰਕਾਰ ਕਰ ਰਹੀ ਹੈ ਉਹ ਵਾਰ-ਵਾਰ ਸੈਨੇਟ ਚੋਣਾਂ ਨੂੰ ਅੱਗੇ ਪਾ ਕੇ ਤੇ ਬਿਲਕੁਲ ਜਿਹੜਾ ਹੈਗਾ ਇਹਦਾ ਆਪਣੇ ਆਪ ਨਾਮਿਨੇਟ ਕਰਨਾ ਚਾਹੁੰਦੀ ਹੈ ਮੈਂਬਰ ਵੀ ਜਿਹੜੀਆਂ ਹੈਗੀਆਂ ਚੋਣਾਂ ਰਹੀ ਸੈਨੇਟ ਮੈਂਬਰ ਨਾਉਣ 15 ਮੈਂਬਰ ਜਿਹੜੇ ਹੈਗੇ ਆ ਉਸ ਜਿਹੜੇ ਚੋਣਾ ਰਾਹੀਂ ਆਉਂਦੇ ਆ ਬਟ ਇਹ ਜਿਹੜੀ ਸਰਕਾਰ ਹੈਗੀ ਹੈ ਕਦੀ ਤਾਂ ਇਹ ਕਹਿ ਦਿੰਦੀ ਹੈ ਵੀ ਜਿਹੜੇ 180 ਕਾਲਜ ਜਿਹੜੇ ਅਫੀਲੀਏਟਡ ਨੇ ਯੂਨੀਵਰਸਿਟੀ ਨਾਲ ਉਹਦੀ ਹਾਈ ਪਾਵਰ ਕਮੇਟੀ ਬਣਾ ਕੇ ਕਹਿ ਦਿੰਦੇ ਆ ਵੀ ਅਲੱਗ ਕਰਨ ਦੀ ਤਵਦੀਜ ਆ ਜਾਂਦੀ ਹੈ ਕਦੀ ਇਹ ਜਿਹੜੇ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਪੂਰਨ ਤੌਰ ਤੇ ਜੋ ਕੇਂਦਰ ਦੀ ਸਰਕਾਰ ਜੋ ਵੀ ਹੈਗੀ ਆ ਉਹਦੇ ਇਸ਼ਾਰਿਆਂ ਤੇ ਇਹ ਖਤਮ ਕਰਨਾ ਚਾਹੁੰਦੇ ਆ ਵੀ ਤਾਂ ਕਿ ਸਾਰਾ ਮੋਨੋਪੋਲੀ ਹੋ ਜੇ ਕੰਟਰੋਲ ਹੋ ਜੇ ਯੂਨੀਵਰਸਿਟੀ ਤੇ ਵੀ ਜਿਹੜੀ ਕੋਈ ਵੀ ਜਿਹੜੀ ਹੈਗੀ ਆ ਯੂਨੀਵਰਸਿਟੀ ਇਹ ਪੂਰਨ ਤੌਰ ਤੇ ਜਿਹੜੇ ਗਰੀਬ ਗਰੀਬ ਘਰਾਂ ਦੇ ਚੇ ਐਸ ਯੂਨੀਵਰਸਿਟੀ ਥੋੜੀਆਂ ਫੀਸਾਂ 'ਚ ਪੜਦੇ ਆ ਜੇਕਰ ਇਹਦਾ ਵੀ ਨਿਜੀਕਰਨ ਹੋ ਗਿਆ ਨਿਜੀਕਰਨ ਕਹਿ ਲੋ ਜਾਂ ਬਿਲਕੁਲ ਡਿਕਟੇਟਰਸ਼ਿਪ ਹੋ ਗਈ ਤਾਂ ਜਿਹੜੇ ਬੱਚੇ 5-5000 'ਚ ਜਿਹੜੇ ਕੋਰਸ ਕਰਕੇ ਵੱਡੇ ਅਫੀਸਰ ਬਣਦੇ ਆ ਇਹਦਾ ਵੀ ਪ੍ਰਾਈਵੇਟ ਯੂਨੀਵਰਸਿਟੀਆਂ ਕੋਲ ਬਹੁਤ ਵੱਡਾ ਫੀਸ ਹੋ ਜਾਊਗਾ ਜਿਹੜਾ ਕਿ ਆਮ ਬੱਚਾ ਆਮ ਪਰਿਵਾਰ ਦਾ ਬੱਚਾ ਪੜ੍ਹਾਈ ਤੋਂ ਬਹੁਤ ਦੂਰ ਹੋ ਜਾਏਗਾ ਭਾਈ ਇਹ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਨੂੰ ਸਮੇਂ-ਸਮੇਂ ਤੇ ਦਬਾਇਆ ਜਾ ਰਿਹਾ ਸੀ ਸਮੇਂ-ਸਮੇਂ ਤੇ ਦੱਬਣ ਦੀਆਂ ਕੋਸ਼ਿਸ਼ਾਂ ਕਰੀਆਂ ਸੀ ਪਰ ਅੱਜ ਉਹ ਕਾਮਯਾਬ ਹੁੰਦਿਆਂ ਨਜ਼ਰ ਆ ਰਹੀਆਂ ਨੇ ਇਹਨਾਂ ਨੂੰ ਰੋ ਦੇਖੋ ਹਮੇਸ਼ਾ ਅੱਤ ਖੁਦਾ ਦਾ ਵੈਰ ਹੁੰਦਾ ਜਦੋਂ ਵੀ ਤੁਸੀਂ ਕਹਿ ਸਕਦੇ ਹੋ ਵੀ ਇਹਨਾਂ ਨੇ ਪੂਰਨ ਕੋਸ਼ਿਸ਼ਾਂ ਕੀਤੀਆਂ ਸੀ ਹਾਈ ਕੋਰਟ ਵੀ ਜਾ ਕੇ ਜਿਹੜਾ ਹੈਗਾ ਸੈਨੇਟ ਚੋਣਾਂ ਦੇ ਹੱਕ ਦੇ ਵਿੱਚ ਆਰਡਰ ਲੈ ਕੇ 18 ਨੂੰ ਇਲੈਕਸ਼ਨ ਹੋਣਾ ਸੀ ਕਿ ਇਹਨਾਂ ਨੇ 16 ਨੂੰ ਇੱਕ ਚਿੱਠੀ ਕੱਢਤੀ ਵੀ ਹੈਗੇ ਇਲੈਕਸ਼ਨ ਜਿਹੜੇ ਹੈਗੇ ਆ ਵੀ ਸਾਨੂੰ ਹਰਿਆਣਾ ਸਟੇਟ ਚੋਂ ਜਾਂ ਜਿਹੜਾ ਰਾਜਸਥਾਨ ਸਟੇਟ ਦੇ ਵਿੱਚੋਂ ਸਾਨੂੰ ਜਿਹੜਾ ਪ੍ਰੋਪਰ ਸਕੂਲ ਜਾਂ ਪੋਲਿੰਗ ਬੂਥ ਅਵੇਲੇਬਲ ਨਹੀਂ ਗਏ ਤੇ ਇਹਨੂੰ ਡਿਲੇ ਕਰ ਦਿੱਤਾ ਜਾਵੇ ਡਿਲੇ ਕਰ ਦਿੱਤੇ ਗਏ ਪਰ ਇਹ ਜਿਹੜਾ ਹੈਗਾ ਇਲੈਕਸ਼ਨ ਬੂਥ ਦੀ ਪ੍ਰੋਬਲਮ ਨਹੀਂ ਇਹ ਚਾਹੁੰਦੇ ਵੀ ਚੋਣਾਂ ਹੋਣ ਹੀ ਨਾ ਅਸੀਂ ਨਾਮਿਨੇਟ ਕਰ ਗਏ ਮੈਂਬਰ ਪੂਰਪੂਰਨ ਤੌਰ ਤੇ ਅੱਜ ਸਾਨੂੰ ਆ ਪੰਜਾਬ ਦੇ ਬੱਚਿਆਂ ਦੀ ਯੂਨੀਵਰਸਿਟੀ ਹੈ ਪੰਜਾਬ ਦੀ ਹੋਣ ਦਾ ਖਤਰਾ ਵੀ ਇਸ ਯੂਨੀਵਰਸਿਟੀ ਨਾਲ ਹੈਗਾ ਕਿਉਂਕਿ ਇੱਕ ਬੱਚਾ ਇਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹ ਕੇ ਆਪ ਦਾ ਆਪ ਦਾ ਮਾਣ ਮਹਿਸੂਸ ਕਰਦਾ ਵੀ ਮੈਂ ਕਿਸੇ ਟਾਈਮ ਵੀ ਪੂਰਨ ਤੌਰ ਤੇ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਰਹਾ ਤੇ ਜੇਕਰ ਅੱਜ ਸਾਡੇ ਸਮਰਥਨ ਦੇ ਵਿੱਚ ਰਾਜਵਾਲ ਸਾਹਿਬ ਵੀ ਆਏ ਸੀ ਸੰਯੁਕਤ ਕਿਸਾਨ ਮੋਰਚਾ ਦੇ ਮੁਖ ਆਗੂ ਨੇ ਉਹਨਾਂ ਨੇ ਵੀ ਆ ਕੇ ਕਿਹਾ ਵੀ ਅਸੀਂ ਬੱਚਿਆਂ ਦੇ ਭਵਿੱਖ ਲਈ ਤੁਹਾਡੇ ਨਾਲ ਆ ਉਸ ਤੋਂ ਬਾਅਦ ਕੋਈ ਵੀ ਸਿਆਸੀ ਪਾਰਟੀ ਉਹ ਵੀ ਸਾਡਾ ਸਮਰਥਨ ਕਰਨੀ ਹੈ ਇਹ ਲੜਾਈ ਬੱਚਾ ਦੇ ਭਵਿੱਖ ਦੇ ਨਾਲ-ਨਾਲ ਪੰਜਾਬ ਦੀ ਹੋਣ ਦੀ ਵੀ ਹਜੇ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਇਸਤੇ ਕੋਈ ਬਿਆਨ ਜਾਂ ਕੋਈ ਵੀ ਆ ਕੇ ਸਾਨੂੰ ਆਸ਼ਵਾਸਨ ਨਹੀਂ ਦਿੱਤਾ ਤੇ ਬਹੁਤ ਮੰਦਪਾਗ ਘਟਨਾ ਹੈ ਵੀ ਮੰਦਪਾਗ ਕਹਿ ਸਕਦਾ ਵੀ ਉਹਨਾਂ ਨੂੰ ਵੀ ਪੰਜਾਬ ਦੀ ਯੂਨੀਵਰਸਿਟੀ ਦੇ ਪੰਜਾਬ ਦੀ ਹੋਣ ਨੂੰ ਬਚਾਉਣ ਵਾਸਤੇ ਸਾਡੇ ਨਾਲ ਆਉਣਾ ਚਾਹੀਦਾ ਹੈ ਕੈਪਟਨ ਸਾਹਿਬ ਜੀ ਤੁਸੀਂ ਗੱਲ ਕਰੀ ਆ ਕੈਪਟਨ ਸਾਹਿਬ ਦਾ ਸ਼ਹਿਰ ਪਟਿਆਲਾ ਹੈਗਾ ਤੇ ਪਟਿਆਲੇ ਦੇ ਵਿੱਚ ਵੀ ਇੱਕ ਪੰਜਾਬੀ ਦੇ ਆਧਾਰ ਤੇ ਯੂਨੀਵਰਸਿਟੀ ਬਣੀ ਆ ਉਹ ਵੀ ਬੜੀ ਘਾਟੇ 'ਚ ਚੱਲ ਰਹੀ ਆ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲਾਂ ਇਹਦੇ ਤੇ ਬਹੁਤ ਟਿੱਪਣੀਆਂ ਹੁੰਦੀਆਂ ਰਹੀਆਂ ਪਰੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਜੋ ਹੁਣ ਮੈਨੂੰ ਸੁਣਨ ਚ ਆ ਰਿਹਾ ਸੀ ਲਗਭਗ 46 ਕਰੋੜ ਦਾ ਆਪਦੇ ਤੇ ਕਰਜ਼ਾ ਲਿਆ ਸੀਗਾ ਤੇ 100 ਕਰੋੜ ਤੋਂ ਉੱਪਰ ਦਾ ਉਹ ਟੱਪ ਚੁੱਕਿਆ ਜੋ ਮੈਨੂੰ ਹੁਣ ਤੇ ਇਨਫੋਰਮੇਸ਼ਨਸ ਮਿਲ ਰਹੀਆਂ ਅੱਜ ਉਥੇ ਇੱਕ ਆਪਣੇ ਪੁਰਖਿਆਂ ਦੀ ਯਾਦ ਵਿੱਚ ਉਹਨਾਂ ਨੇ ਇੱਕ ਸਪੋਰਟਸ ਯੂਨੀਵਰਸਿਟੀ ਬਣਾ ਦਿੱਤੀ ਸਿਰਫ ਤੇ ਸਿਰਫ ਵੀ ਮੇਰੇ ਪਰਿਵਾਰ ਦੀ ਨਾਮ ਚਮਕਦਾ ਰਹੇ ਜਾਂ ਮੇਰੇ ਦਾਦਿਆਂ ਦਾ ਨਾਮ ਚਮਕਦਾ ਰਹੇ ਮੈਨੂੰ ਲੱਗਦਾ ਸੀ ਵੀ ਉਹ ਆ ਨਾ ਕਰਕੇ ਜਿਹੜਾ 90 ਕਰੋੜ ਰੁਪਇਆ ਉਹ ਯੂਨੀਵਰਸਿਟੀ ਨੂੰ ਅਲੋਕੇਟ ਕੀਤਾ ਉਹਦੀ ਥਾਂ ਤੇ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਕੁਝ ਚੇਅਰ ਸਥਾਪਿਤ ਤੇ ਉਹ ਫੰਡ ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਚ ਦਿੰਦੇ ਕਿਉਂਕਿ ਜਿਹੜਾ ਪੰਜਾਬੀ ਯੂਨੀਵਰਸਿਟੀ ਹੈਗੀ ਆ ਉਹ ਬਠਿੰਡਾ ਤੋਂ ਲੈ ਕੇ ਪਟਿਆਲਾ ਤੱਕ ਰੂਲਰ ਬੈਕਗਰਾਉਂਡ ਦੇ ਬੱਚੇ ਉੱਥੇ ਜ਼ਿਆਦਾ ਪੜਦੇ ਆ ਜਿਹਦੇ ਚ ਕੈਸਦਾ ਮਾਨ ਸਾਹ ਬਟਲਾਡਾ ਬਰਨਾਲਾ ਸੰਗਰੂਰ ਬਠਿੰਡਾ ਕਿਉਂਕਿ ਉਹ ਸਾਰੀ ਜਿਹੜੀ ਪਛੋਕੜ ਹੈਗੀ ਆ ਬਾਹਲੀ ਰੂਲਰ ਬੈਕਗਰਾਉਂਡ ਤੋਂ ਆਦੀ ਐ ਇਸ ਕਰਕੇ ਜੇ ਸਰਕਾਰ ਜੇ ਉਹਨਾਂ ਨੇ ਨਵੀਂ ਯੂਨੀਵਰਸਿਟੀ ਬਣਾ ਵੀ ਲਈ ਐ ਤਾਂ ਪੂਰਨ ਤੌਰ ਤੇ ਪੰਜਾਬੀ ਯੂਨੀਵਰਸਿਟੀ ਨੂੰ ਫੰਡ ਦੇ ਕੇ ਉਹਨੂੰ ਬਰਕਰਾਰ ਕਰਨਾ ਚਾਹੀਦਾ ਤਾਂ ਕਿ ਪੰਜਾਬ ਦਾ ਭਵਿੱਖ ਜਿਹੜਾ ਬਾਹਰ ਆਪਣੀ ਐਜੂਕੇਸ਼ਨ ਲੈਣ ਲਈ ਪਿੱਛੇ ਸਵਾਰ ਸਕੇ ਬਾਹਰ ਦੀ ਗੱਲ ਕਰੀ ਆ ਬਾਹਰ ਜਾ ਰਿਹਾ ਪੰਜਾਬ ਦਾ ਯੂਥ ਆ ਜਿਹੜਾ ਚੰਗੀ এডਿਕੇਸ਼ਨ ਲੈਣ ਲਈ ਪਰ এডਿਕੇਸ਼ਨ ਇੱਥੇ ਨਹੀਂ ਦੇ ਰਹੇ ਤਾਂ ਯੂਥ ਨੇ ਜਾਣਾ ਹੀ ਆ ਬਈ ਬਾਹਰ ਦੇਖੋ এডਿਕੇਸ਼ਨ ਦਾ ਮਸਲਾ ਅੱਜ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇਹਨੂੰ ਜਿੱਥੇ ਅਸੀਂ ਫ੍ਰੀ ਵਰਗੀ ਤਾਲੀਮ ਕਹਿ ਸਕਦੇ ਹਾਂ ਫ੍ਰੀ ਵਰਗ ਐਜੂਕੇਸ਼ਨ ਕਹਿ ਸਕਦੇ ਹਾਂ ਉਹ ਐਜੂਕੇਸ਼ਨ ਛੜ ਤੋਂ ਖੋਈ ਜਾ ਰਹੀ ਹੈ ਉਹਦੇ ਤੇ ਬਿਲਕੁਲ ਭਗਵਾ ਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰਨ ਤੌਰ ਤੇ ਆਰਐਸਐਸ ਵਾਲਾ ਏਜੰਡਾ ਉਹਦੇ ਤੇ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਤਾਂ ਕਿ ਇਹ ਪੂਰਨ ਤੌਰ ਤੇ ਕੰਟਰੋਲ ਆ ਜਾਵੇ ਦੇਖੋ ਜੇਕਰ ਕਿਤੇ ਗਲਤੀ ਨਾਲ ਕੰਟਰੋਲ ਹੋ ਗਿਆ ਵੈਸੇ ਤਾਂ ਅਸੀਂ ਹੋਣ ਨਹੀਂ ਦੇਵਾਂਗੇ ਪੂਰਨ ਤੌਰ ਤੇ ਅਸੀਂ ਜਿਵੇਂ ਸੰਯੁਕਤ ਮੋਰਚੇ ਦੇ ਰੂਪ ਚ ਅਸੀਂ ਮੋਰਚਾ ਲਾਇਆ ਸਾਡੇ ਵਿਦਿਆਰਥੀ ਇੱਥੇ ਮੋਰਚ ਸਮੇਂ-ਸਮੇਂ ਤੇ ਕਰਦੇ ਰਵਾਂਗੇ ਪਰ ਜੇਕਰ ਕਿਤੇ ਗਲਤੀ ਨਾਲ ਹੋ ਵੀ ਜਾਂਦਾ ਤਾਂ ਪੂਰਨ ਤੌਰ ਤੇ ਆਮ ਬਿਹੜੇ ਘਰਾਂ ਦੇ ਬੱਚੇ ਹੋਣਗੇ ਉਹਨਾਂ ਦਾ ਇੱਕ ਸੁਪਨਾ ਰਹੇਗਾ ਇਸ ਯੂਨੀਵਰਸਿਟੀ ਐਡਮਿਸ਼ਨ ਲੈ ਕੇ ਪੜਨਾ ਕਿਵੇਂ ਤੇ ਇਸ ਪੂਰਨ ਤੌਰ ਤੇ ਚਾਹੇ ਓਪੋਜੀਸ਼ਨ ਉਹ ਵੀ ਇੱਥੇ ਆਪਣਾ ਚਾਹੇ ਰੋਟਾਂ ਵਾਸਤੇ ਆਈ ਸੀ ਚਾਹੇ ਕੋਈ ਵੀ ਪਾਰਟੀ ਦੇ ਨੁਮਾਇੰਦੇ ਨੇ ਵੱਡੇ-ਵੱਡੇ ਘਰਾਂ ਦੇ ਬੱਚੇ ਇੱਥੋਂ ਪੜ ਕੇ ਚਾਹੇ ਪੰਜਾਬ ਦੇ ਡੀਜੀਪੀ ਨੇ ਉਹ ਵੀ ਇੱਥੋਂ ਦੀ ਮੇਰੇ ਖਿਆਲ ਬਿਲਕੁਲ ਆਪਦੀ ਐਜੂਕੇਸ਼ਨ ਲੈ ਕੇ ਡੀਜੀਪੀ ਬਣਨੇ ਚਾਹੇ ਉਹ ਕਵਰ ਵਜੇ ਪ੍ਰਤਾਪ ਸੀ ਉਹਨਾਂ ਨੇ ਵੀ ਇੱਥੋਂ ਲੋਕ ਕੀਤੀ ਹੈ ਵੱਡੇ-ਵੱਡੇ ਜੱਜ ਬਣੇ ਐ ਇਸ ਚਾਹੇ ਮੈਂ ਗੋਲਦੀ ਖੰਗੂੜਾ ਦੀ ਗੱਲ ਕਰਾਂ ਚਾਹੇ ਉਹ ਕਿਸੇ ਬ੍ਰਿੰਦਰਦੀਪ ਬ੍ਰਿੰਦਰਦੀਪ ਦੀ ਗੱਲ ਕਰਾਂ ਬਹੁਤ ਇਥੋਂ ਦੇ ਸਟੂਡੈਂਟ ਜਿਹੜੇ ਹੈਗੇ ਸ਼ਾਇਨ ਕੀਤੇ ਆ ਪੂਰਨ ਤੌਰ ਤੇ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਸਾਰਿਆਂ ਨੂੰ ਇੱਕ ਮਟ ਹੋ ਕੇ ਆਪਦੀ ਪੰਜਾਬ ਤੇ ਪੰਜਾਬੀਅਤ ਦੀ ਸ਼ਾਨ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਚਾਹੀਦਾ ਭਾਈ ਜੇ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਨੇ ਬੜਾ ਕੁਝ ਦਿੱਤਾ ਪਰ ਪਿੱਛੇ ਇੱਕ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਦਾ ਕਤਲ ਹੋ ਜਾਂਦਾ ਦਿਨ ਦੇ ਸਾਡੇ ਮਿੱਡੂ ਖੇੜੇ ਦਾ ਵਿੱਕੀ ਦਾ ਉਸ ਨੂੰ ਕਿਵੇਂ ਦੇਖਦੇ ਹੋ ਆਏ ਦਿਨ ਪੰਜਾਬ ਦੀ ਜਵਾਨੀ ਆ ਜਿਹੜੀ ਸੜਕਾਂ ਦੇ ਮਾਰੀ ਜਾ ਰਹੀ ਆ ਆਏ ਦਿਨ ਪੰਜਾਬ ਦੀ ਜਵਾਨੀ ਦਾ ਕਤਲ ਕੀਤਾ ਜਾ ਰਿਹਾ ਆ ਆਏ ਦਿਨ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ ਜਾ ਰਿਹਾ ਦੇਖੋ ਐਸਯੂ ਯੂਨੀਵਰਸਿਟੀ ਸਾਰਿਆਂ ਨੂੰ ਬਹੁਤ ਮੋਹ ਪਿਆਰ ਆ ਉਹ ਜਿਹੜਾ ਕਤਲ ਹੋਇਆ ਉਹ ਸਾਡੇ ਇਲਾਕੇ ਤੋਂ ਬਿਲੋਂਗ ਕਰਦਾ ਸੀ ਤੇ ਬਹੁਤ ਮਨਦਭਾਗੀ ਘਟਨਾ ਹੈ ਵੀ ਇੱਕ ਸਾਡਾ ਨੌਜਵਾਨ ਆਗੂ ਜਿਹੜਾ ਹੈਗਾ ਚਾਹੇ ਉਹ ਕਿਸੇ ਵੀ ਪਾਰਟੀ ਤੋਂ ਸਬੰਧ ਰੱਖਦਾ ਹੋਵੇ ਚਾਹੇ ਉਹ ਸਾਡੇ ਉਹਦੇ ਨਾਲ ਸਿਆਸੀ ਵਖਰੇਵੇਂ ਹੋਣਗੇ ਪਰ ਉਹਦੀ ਘਟਨਾ ਜਿਹੜਾ ਕਤਲ ਹੋਣਾ ਬਹੁਤ ਮਨਦਭਾਗੀ ਘਟਨਾ ਸੀਗਾ ਪਰ ਮੈਂ ਤੁਹਾਡੇ ਅੱਗੇ ਇਹ ਸੁਨੇਹਾ ਦੇਣਾ ਚਾਹੂੰਗਾ ਵੀ ਪੂਰਨ ਤੌਰ ਤੇ ਸਾਨੂੰ ਆਪਣੇ ਐਜੂਕੇਸ਼ਨ ਦੇ ਇਸ ਮੰਦਰ ਦੇ ਵਿੱਚੋਂ ਆਪਸੀ ਜਿਹੜੇ ਹੈਗੇ ਮਤਭੇਦ ਭੁਲਾ ਕੇ ਇੱਕ ਚੰਗੇ ਜੀਵਨ ਦੀ ਸਿਰਜਣਾ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਪੂਰਨ ਤੌਰ ਤੇ ਵੀ ਆਪਣੇ ਇਹਦੇ ਤੇ ਵੀ ਆਪਸ ਵਿੱਚ ਕੋਈ ਮਨ ਮਨ ਮਿਟਾਵ ਕਰਕੇ ਜਿਹੜਾ ਜ਼ਿੰਦਗੀ ਦੀ ਰੰਜਿਸ਼ ਬਣਾਉਣੀ ਚਾਹੀਦੀ ਹੈ ਹਜੇ ਤੱਕ ਉਹਦਾ ਕੋਈ ਕਲੀਅਰ ਕਟ ਪਤਾ ਨਹੀਂ ਲੱਗਿਆ ਵੀ ਉਹਦੇ ਨਿੱਜੀ ਕਾਰਨ ਕੀ ਬਣੇ ਉਹਦੇ ਕਤਲ ਦੇ ਪਰ ਜੋ ਵੀ ਹੋਇਆ ਵੀ ਉਹ ਇੱਕ ਬਹੁਤ ਮੰਦਪਾਇ ਘਟਨਾ ਮੈਂ ਉਹਦੀ ਨਿੰਦਾ ਕਰਦਾ ਤੇ ਜਿਹੜਾ ਵੀ ਮਤਲਬ ਕਿ ਇਸ ਤਰ੍ਹਾਂ ਦੇ ਇਨਸੀਡੈਂਟ ਹੋਏਗੇ ਆ ਦੇਖੋ ਇਹੀ ਯੂਨੀਵਰਸਿਟੀ ਹੈ ਇਹਦੇ ਵਿੱਚੋਂ ਹੀ ਲੀਡਰ ਪੈਦਾ ਹੁੰਦੇ ਆ ਇਹਦੇ ਚੋਂ ਹੀ ਅਫਸਰ ਪੈਦਾ ਹੁੰਦੇ ਆ ਇਹਦੇ ਚੋਂ ਹੀ ਮਤਲਬ ਕਿ ਆਪਾਂ ਜੱਜ ਪੈਦਾ ਹੁੰਦੇ ਆ ਇਹਦੇ ਚੋਂ ਹੀ ਲੋਕ ਕੁਰਾਹੇ ਪੈ ਜਾਂਦੇ ਆ ਇਹ ਹੁਣ ਪ੍ਰਮਾਤਮਾ ਜਾਣਦਾ ਵੀ ਉਹ ਸਬੰਧਤ ਭਾਈ ਘਟਨਾ ਦੇ ਮਗਰ ਕੌਣ ਸੀ ਪਰ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀ ਪਈ ਤੁਸੀਂ ਕਾਫੀ ਸਰਗਰਮ ਰਹੇ ਹੋਗੇ ਸੰਯੁਕਤ ਮੋਰਚੇ ਦੇ ਵਿੱਚ ਵੀ ਕਾਫੀ ਸਰਗਰਮ ਰਹੇ ਹੋ ਤੇ ਆਪਣੇ ਕੰਮ ਧੰਦਿਆਂ ਨੂੰ ਲੈ ਕੇ ਵੀ ਕਾਫੀ ਸਰਗਰਮ ਰਹੇ ਹੋ ਤੁਹਾਡਾ ਇਲਾਕਾ ਉਹ ਮੰਨਿਆ ਜਾਂਦਾ ਜਿੱਥੇ ਕਿਨੂ ਦੀ ਖੇਤੀ ਜ਼ਿਆਦਾ ਹੁੰਦੀ ਹੈ ਕਿਨੂ ਪੱਟੀ ਦਾ ਇਲਾਕਾ ਵੀ ਕਿਹਾ ਜਾਂਦਾ ਅੱਜ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀ ਤਾਂ ਪੰਜਾਬ ਦੀ ਰਾਜਨੀਤੀ ਕਿਹੜੇ ਮੁੱਦਿਆਂ ਤੇ ਹੋ ਸਕਦੀ ਹੈ ਵੀ ਆਹ ਮੁੱਦੇ ਪੰਜਾਬ ਦੇ ਬੜੇ ਵੱਡੇ ਨੇ ਦੇਖੋ ਤੁਸੀਂ ਕਿਨੂ ਪੱਟੀ ਤੋਂ ਗੱਲ ਕੀਤੀ ਕਿਨੂ ਪੱਟੀ ਦੀ ਮੈਂ ਬਹੁਤ ਸਿਰੇ ਤੋਂ ਆਵਾਜ਼ ਚੱਕੀ ਸੀਗੀ ਪੰਜਾਬ ਜੂਸ ਐਗਰੋ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਰੋਲਾ ਪਾਇਆ ਤਾਂ ਉਹਨੇ ਪੰਜਾਬ ਪੰਜਾਬ ਐਗਰੋ ਨੂੰ ਕੈਪਟਨ ਸਾਹਿਬ ਨੇ ਇੱਕ ਟਵੀਟ ਕਰਤਾ ਵੀ ਅਸੀਂ ਉਹਦਾ ਡਾਇਵਰਸੀਫਿਕੇਸ਼ਨ ਕਰਤਾ ਪੰਜਾਬ ਐਗਰੋ ਐਕਸਪੋਰਟ ਕਰਤਾ ਪੰਜਾਬ ਐਗਰੋ ਐਕਸਪੋਰਟ ਕਰਨ ਦੇ ਨਾਲ ਜਿਹਨੂੰ ਪੈਗਰੈਕਸੋ ਕਹਿੰਦੇ ਆ ਉਹ ਦੇ ਉਹ ਕਰਨ ਨਾਲ ਜਿਹੜਾ ਆਪਾਂ ਕਹਿ ਸਕਦੇ ਆਂ ਵੀ ਜ਼ਿੰਮੇਦਾਰ ਨੂੰ ਕੋਈ ਫਾਇਦਾ ਨਹੀਂ ਹੋਇਆ ਸਿਰਫ ਤੇ ਸਿਰਫ ਇੱਕ ਆਪਾਂ ਕਹਿ ਸਕਦੇ ਆਂ ਵੀ ਪ੍ਰਾਣੀ ਸ਼ਰਾਬ ਨਵੀਂ ਬੋਤਲ ਦੇ ਵਿੱਚ ਜੇ ਜ਼ਿੰਮੇਦਾਰ ਦਾ ਪੜਾਈ ਕਰਨਾ ਸੀ ਜਿਵੇਂ ਅੱਜ ਗੰਨੇ ਦੀ ਵਾਸਤੇ ਸਮਰਥਨ ਮੁੱਲ ਪੈ ਦਿੱਤਾ ਜਾਂ ਉਹਦੇ ਵਾਸਤੇ ਫੰਡ ਰੱਖਿਆ ਪੂਰਨ ਤੌਰ ਤੇ ਸਾਡੇ ਉੱਤੇ 12000 ਕਰੋੜ ਦੀ ਫਸਲ ਹੁੰਦੀ ਹੈ 33000 ਹੈਕਟੇਰ ਉੱਤੇ ਕਿੰਨੂ ਘੱਟੋ ਘੱਟ ਵੀ 3-4000 ਕਰੋੜ ਰੁਪਈਆ ਕਿਸੇ ਬਜਟ ਰਹੀ ਜਾਂ ਕੈਬਨਟ ਮੀਟਿੰਗ ਦੇ ਵਿੱਚ ਪਾਸ ਕਰਕੇ ਜਿਹੜਾ ਸਮਾਲ ਕਿੰਨੂ ਹੁੰਦਾ ਜਿਹਨੂੰ ਅਸੀਂ ਕੇਰ ਜਾਂ ਮੀਡੀਅਮ ਕਿੰਨੂ ਕਹਿ ਦਿੰਨੇ ਆ ਉਹ ਜੂਸ ਫੈਕ ਚਲਾ ਕੇ ਸਾਰਾ ਉਹਨੂੰ ਚੱਕਣਾ ਚਾਹੀਦਾ ਤਾਂ ਕਿ ਜਿਹੜਾ ਕਿ ਨੂੰ ਸਾਡਾ ਜਿਹੜਾ ਵੇਸਟ ਵਿੱਚ ਵਿਕਦਾ ਉਹ ਪੂਰਨ ਤੌਰ ਤੇ ਚੰਗਾ ਸਮਰਥਨ ਮੁੱਲ ਮਿਲ ਸਕੇ ਤੇ ਜਿਹੜਾ ਜ਼ਿੰਮੇਵਾਰ ਕੁਝ ਹਾਲ ਹੋ ਸਕੇ ਤੇ ਜੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਪਿਛਲੇ 2 ਸਾਲਾਂ ਦਾ ਕਰੋਨਾ ਦਾ ਕਾਲ ਰਿਹਾ ਨਾ ਤਾਂ ਪੰਜਾਬ ਚ ਕੋਈ ਸਰਕਾਰਾਂ ਯੂਥ ਨੂੰ ਕੋਈ ਆਪਣਾ ਦੇ ਸਕੀਆਂ ਰੋਜ਼ਗਾਰ ਦੇ ਸਕੀਆਂ ਨਾ ਕੋਈ ਸਕਿਲਸ ਡਿਵੈਲਪਮੈਂਟ ਹੋ ਸਕੀ ਹੈ ਨਾ ਪੰਜਾਬ ਦੇ ਵਿੱਚ ਸਾਨੂੰ ਕੋਈ ਫਸਲਾਂ ਦਾ ਪ੍ਰੋਪਰ ਜਿਹੜਾ ਹੈਗਾ ਵੀ ਉਹ ਮੁੱਲ ਮਿਲਿਆ ਤੇ ਤੁਸੀਂ ਦੇਖੋ 52 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਬਣੇ ਆ ਪਿਛਲੇ ਸਾਲ ਚ ਤੇ ਸਾਡੇ 730000 ਦੇ ਕਰੀਬ ਲੋਕਾਂ ਨੇ ਸਟੱਡੀ ਵੀਜ਼ਾ ਅਪਲਾਈ ਕੀਤਾ ਤੇ 256000 ਦੇ ਕਰੀਬ ਲੋਕਾਂ ਨੇ ਬੱਚੇ ਬਾਹਰ ਜਾ ਚੁੱਕੇ ਆ ਬਾਕੀ ਹੈ ਤੇ ਪਾਈਪਲਾਈਨ ਚ ਨੇ 12000 ਦੇ ਕਰੀਬ ਜਿਹੜੇ ਹੈਗੇ ਆ ਸਾਡੇ ਆਇਲੈਂਡ ਸੈਂਟਰ ਖੁੱਲੇ ਵੀ ਆ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ 12000 ਤੇ ਆਪਾਂ ਜੇ ਯੂਪੀ ਬਿਹਾਰ ਚ ਜਾਈਏ ਤਾਂ ਉੱਥੇ ਲਿਖਿਆ ਹੁੰਦਾ ਵੀ ਆਈਐਸ ਬਣਨੇ ਕੇ ਲਈ ਸੰਪਰਕ ਕਰੇ ਸਾਡੇ ਪੰਜਾਬ ਦੇ ਜਿੰਨੇ ਵੀ ਰਾਹ ਬਰਾਹੇ ਪੁੱਲ ਨੇ ਜਾਂ ਕੰਦਾਂ ਉਹਦਾ ਲਿਖਿਆ ਹੁੰਦਾ ਹੈ ਵੀ 5.5 ਬੈਂਡ ਲੈਂਡ ਲੈਂਡ ਲੈਂਸ ਮਿਲੋ ਸਾਡੇ ਕਲਚਰ ਦਿਨੋ ਦਿਨ ਜਿਹੜਾ ਹੈਗਾ ਨਗਾਰਵਲ ਜਾ ਰਿਹਾ ਇਹਦੇ ਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਨਾ ਕਿ ਤੁਸੀਂ ਇਹਨੂੰ ਸੀਐਮ ਲਾ ਦਿਓ ਇਹਨੂੰ ਸੀਐਮ ਚੜਾ ਦਿਓ ਕੋਈ ਪਾਲਿਸੀ ਆਉਣੀ ਚਾਹੀਦੀ ਹੈ ਜਿਹਦੇ ਨਾਲ ਜਿਹੜਾ ਸਾਡਾ ਨੌਜਵਾਨ ਅੱਜ ਦੇਖੋ ਅਸੀਂ ਧਰਨੇ ਤੇ ਬੈਠੇ ਆਪ ਦੀ ਲੜਾਈ ਅਸੀਂ ਆਪ ਲੜ ਰਹੇ ਹਾਂ ਵੀ ਅਸੀਂ ਆਪ ਦੀ ਹੌਤ ਨੂੰ ਬਚਾ ਕੇ ਰੱਖਣਾ ਚਾਹੀਏ ਉਹ ਸਾਡੇ ਐਲਮਨੀ ਆਈ ਚਾਏ ਸਾਡੇ ਨਵੇਂ ਸਟੂਡੈਂਟ ਆਏ ਜਾਂ ਸਾਨੂੰ ਜਿਹੜੇ ਸਾਨੂੰ ਸਪੋਰਟ ਮਿਲ ਰਹੀ ਹੈ ਸਾਨੂੰ ਜੇ ਆਪਦਾ ਭਵਿੱਖ ਬਚਾਉਣਾ ਤਾਂ ਅੱਗੇ ਆਉਣਾ ਪਊਗਾ ਨਹੀਂ ਤਾਂ ਸਰਕਾਰਾਂ ਤੋਂ ਸਾਨੂੰ ਆਸ ਨਹੀਂ ਰੱਖਣੀ ਚਾਹੀਦੀ ਧੰਨਵਾਦ ਜੀ ਸੋ ਜੇ ਗੱਲ ਕਰੀਏ ਤਾਂ ਬਾਈ ਸਾਡੇ ਨਾਲ ਇੰਦਰਜੀਤ ਮੌਜੂਦ ਸੀਗੇ ਐਡਵੋਕੇਟ ਨੇ ਜਿਹੜੇ ਯੂਨੀਵਰਸਿਟੀ ਦੇ ਪ੍ਰਾਣੇ ਸਟੂਡੈਂਟ ਨੇ ਇਹਨਾਂ ਦਾ ਕਹਿਣਾਗਾ ਕਿ ਜੇਕਰ ਯੂਥ ਨੂੰ ਬਚਾਉਣਾ ਤਾਂ ਯੂਥ ਦੀ ਜ਼ਿੰਮੇਵਾਰੀ ਖੁਦ ਨੂੰ ਚੱਕਣੀ ਪਵੇਗੀ ਮਾਂ ਪਿਓ ਨੂੰ ਚੱਕਣੀ ਪਵੇਗੀ ਸਰਕਾਰਾਂ ਤੋਂ ਆਸ਼ੀਨੀ ਕਰਨੀ ਚਾਹੀਦੀ ਜੇਕਰ ਸਰਕਾਰਾਂ ਤੋਂ ਅਸੀਂ ਆਸ ਕਰਾਂਗੇ ਤਾਂ ਹੋ ਸਕਦਾ ਸਾਡਾ ਯੂਥ ਖਰਾਹੇ ਪੈ ਜੇ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਉੱਪਰ ਗੱਲਬਾਤ ਕਰਦੇ ਰਵਾਂਗੇ ਤੁਹਾਡੇ ਰੂਪ ਰੂਪ ਕਰਵਾਉਂਦੇ ਰਵਾਂਗੇ ਜੁੜੇ ਰਹੋ ਕੇਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ